ਪੁਰਾਣੇ ਵੇਲੇਾਂ ਦੀ ਗੱਲ ਹੈ ਗੁਰੂ ਰੂਪ ਸਤਸੰਗਤ ਜੀ ਕਿ ਇੱਕ ਨਗਰ ਦੇ ਵਿੱਚ ਇੱਕ ਇਨਸਾਨ ਰਹਿੰਦਾ ਸੀ ਇਸ ਇਨਸਾਨ ਦਾ ਪ੍ਰਮਾਤਮਾ ਦੇ ਵਿੱਚ ਬੜਾ ਵਿਸ਼ਵਾਸ ਸੀ ਮਿਹਨਤ ਵਿੱਚ ਇਹ ਭਰੋਸਾ ਕਰਦਾ ਸੀ ਕਰਕੇ ਖਾਇਆ ਕਰਦਾ ਸੀ ਬੇਈਮਾਨੀ ਤੋਂ ਕੋਹਾਂ ਦੂਰ ਰਹਿੰਦਾ ਸੀ ਇਮਾਨਦਾਰੀ ਨੂੰ ਆਪਣਾ ਧਰਮ ਸਮਝਦਾ ਸੀ ਇਹਦਾ ਗੁਜ਼ਰਬਸਰ ਠੀਕ ਠਾਕ ਹੋ ਰਿਹਾ ਸੀ ਇਹ ਹਰ ਰੋਜ਼ ਮਿਹਨਤ ਕਰਕੇ ਫਿਰ ਆਪਣੇ ਖਾਣ ਦਾ ਇਂਤਜ਼ਾਮ ਕਰਦਾ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ ਆਪਣੇ ਕੋਲੇ ਬਹੁਤਾ ਕੁਝ ਨਾ ਹੋਣ ਦੇ ਬਾਵਜੂਦ ਵੀ ਹਮੇਸ਼ਾ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦਾ ਤੇ ਜੇ ਕਦੇ ਕੋਈ ਦੁਖੀ ਆ ਕਦੇ ਕੋਈ ਲੋੜਵੰਦ ਇਸ ਨੂੰ ਮਿਲ ਜਾਂਦਾ ਤਾਂ ਉਸ ਦੀ ਮਦਦ ਕਰਕੇ ਵੀ ਇਹ ਬਹੁਤ ਖੁਸ਼ ਹੁੰਦਾ ਸੀ ਇਸ ਦਾ ਵਿਆਹ ਵੀ ਇੱਕ ਬਹੁਤ ਹੀ ਨੇਕ ਤੇ ਸੁਸ਼ੀਲ ਔਰਤ ਨਾਲ ਹੋਇਆ ਸੀ ਉਹ ਵੀ ਪਰਮਾਤਮਾ ਦਾ ਡਰ ਭੈ ਮੰਨਣ ਵਾਲੀ ਔਰਤ ਸੀ ਹਮੇਸ਼ਾ ਉਹ ਕਹਿੰਦੀ ਹੁੰਦੀ ਸੀ ਕਿ ਜੇ ਆਪਾਂ ਇੱਕ ਵੇਲੇ ਦਾ ਨਾਮ ਵੀ ਖਾਵਾਂਗੇ ਤਾਂ ਚੱਲ ਜਾਊਗਾ ਪਰ ਜੇਕਰ ਕਦੇ ਸਾਡੇ ਦਰਾਂ ਤੇ ਆਇਆ ਕੋਈ ਰੋਟੀ ਦੀ ਜਾਂ ਕਿਸੇ ਹੋਰ ਕੰਮ ਦੀ ਸ਼ੈ ਦੀ ਫਰਿਆਦ ਲੈ ਕੇ ਖਾਲੀ ਮੁੜ ਗਿਆ ਤਾਂ ਫਿਰ ਆਪਾਂ ਨੂੰ ਪ੍ਰਮਾਤਮਾ ਕਦੇ maaf ਨਹੀਂ ਕਰੂਗਾ ਇਸ ਕਰਕੇ ਇਹ ਦੋਹੇ ਜੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਤੁਰਾ ਤੁਰ ਰਹੇ ਸਨ ਪ੍ਰਮਾਤਮਾ ਨੂੰ ਇਹਨਾਂ ਨੇ ਇੱਕ ਬੱਚੇ ਨਾਲ ਨਵਾਜ਼ਿਆ ਇਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਪਰ ਪ੍ਰਮਾਤਮਾ ਦੀ ਐਸੀ ਰਜ਼ਾ ਕਿ ਥੋੜਾ ਸਮਾਂ ਬਾਅਦ ਇਹ ਔਰਤ ਅਕਾਲ ਚਲਾਣੇ ਕਰ ਗਈ ਉਦੋਂ ਉਸ ਬੱਚੇ ਦੀ ਉਮਰ ਮਹਿਜ਼ 12 ਕੇ ਸਾਲ ਸੀ ਉਸ ਨੂੰ ਦੀਨ ਦੁਨੀਆ ਦਾ ਬਹੁਤਾ ਪਤਾ ਨਹੀਂ ਸੀ ਉਹ ਵਿਦਿਅਕ ادارے ਵਿੱਚ ਪੜਦਾ ਸੀ ਕਿਉਂਕਿ ਇਹਨਾਂ ਦੇ ਮਾਪਿਓ ਦਾ ਇਹ ਸ਼ੌਂਕ ਸੀ ਕਿ ਜੇ ਅਸੀਂ ਮਿਹਨਤ ਮਜ਼ਦੂਰੀ ਕਰ ਰਹੇ ਹਾਂ ਤਾਂ ਬੱਚਾ ਸਾਡਾ ਮਿਹਨਤ ਜ਼ਰੂਰ ਕਰੇ ਪਰ ਉਹਦੇ ਕੋਲੇ ਕੋਈ ਹਨਰ ਹੋਵੇ ਕੋਈ ਕਲਾ ਹੋਵੇ ਉਹਦੇ ਕੋਲ ਤਾਲੀਮ ਹੋਵੇ ਤਾਂ ਕਿ ਉਹ ਇੱਕ ਵੱਡਾ ਬੰਦਾ ਬਣ ਸਕੇ ਪਰ ਹੁਣ ਜਦੋਂ ਪ੍ਰਮਾਤਮਾ ਨੇ ਉਹਦੀ ਮਾਂ ਉਹਦੇ ਤੋਂ ਵਾਪਸ ਲੈ ਲਈ ਤਾਂ ਉਹ ਟੁੱਟ ਗਿਆ ਉਹਦੇ ਤੇ ਜਿਵੇਂ ਦੁੱਖਾਂ ਦਾ ਪਹਾੜ ਆ ਪਿਆ ਹੋਵੇ ਉਹ ਬਹੁਤ ਦੁਖੀ ਰਹਿਣ ਲੱਗੇ ਦੋਵੇਂ ਪਿਓ ਪੁੱਤ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਸਾਡੇ ਸਾਰੇ ਸਹਾਰੇ ਇਸ ਜਹਾਨ ਤੋਂ ਚਲੇ ਗਏ ਨੇ ਪਰ ਇਸ ਬੱਚੇ ਦਾ ਜਿਹੜਾ ਪਿਓ ਸੀ ਉਸਨੇ ਹੌਸਲੇ ਤੋਂ ਕੰਮ ਲਿਆ ساری ਉਮਰ ਉਸਨੇ ਮਿਹਨਤ ਕੀਤੀ ਸੀ ساری ਉਮਰ ਉਸਨੇ ਬਹੁਤ ਸਖਤ ਮਿਹਨਤਾਂ ਦੇ ਵਿੱਚ guzari ਸੀ ਇਸ ਕਰਕੇ ਉਸ ਨੂੰ ਪਤਾ ਸੀ ਕਿ ਇਹ ਵੇਲਾ ਹੁਣ ਮੇਰੇ ਪੁੱਤਰ ਦੇ ਸਾਥ ਦੇ ਹੁੰਦਾ ਹੈ ਜੇ ਅੱਜ ਮੈਂ ਪੁੱਤਰ ਦਾ ਸਾਥ ਨਹੀਂ ਦਿਆਂਗਾ ਤਾਂ ਸ਼ਾਇਦ ਉਹ ਇੱਕ ਚੰਗਾ ਇਨਸਾਨ ਨਹੀਂ ਬਣ ਪਾਏਗਾ ਹੁਣ ਉਸਨੇ ਦਿਨ ਵੇਲੇ ਮਜ਼ਦੂਰੀ ਕਰਨ ਚਲੇ ਜਾਇਆ ਕਰਨਾ ਆਪਣੇ ਪੁੱਤਰ ਨੂੰ ਅਜੇ ਵੀ ਉਸਨੇ ਵਿਦਿਅਕ ادارے ਦੇ ਵਿੱਚ ਪੜਾਉਣਾ ਜਾਰੀ ਰੱਖਿਆ ਪਰ ਹੁਣ ਦਿੱਕਤ ਇਹ ਆ ਗਈ ਸੀ ਕਿ ਦਿਨ ਵੇਲੇ ਉਸ ਦਾ ਬੱਚਾ ਤਾਂ ਜਦੋਂ ਸਕੂਲ ਦੇ ਵਿੱਚ ਛੁੱਟੀ ਹੁੰਦੀ ਸੀ ਵਿਦਿਅਕ ਅਦਾਰਾ ਜਦੋਂ ਉਸ ਨੂੰ ਕਰ ਨੂੰ ਤੋੜ ਦਿੰਦਾ ਸੀ ਉਹ ਆਪ ਤਾਂ ਮਜ਼ਦੂਰੀ ਕਰਨ ਕਿਤੇ ਦੂਰ ਗਿਆ ਹੁੰਦਾ ਸੀ ਉਸ ਬੱਚੇ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ ਕਿਉਂਕਿ ਉਸ ਇਨਸਾਨ ਦਾ ਕੋਈ ਭਰਾ ਭਾਈ ਹੋਰ ਨਹੀਂ ਸੀ ਕੋਈ ਹੋਰ ਨਹੀਂ ਸੀ ਉਹਨਾਂ ਦੇ ਪਰਿਵਾਰ ਵਿੱਚੋਂ ਉਸ ਦੀ ਦੇਖਭਾਲ ਕਰਨ ਵਾਲਾ ਇਸ ਕਰਕੇ ਉਸ ਨੂੰ ਲੱਗਦਾ ਸੀ ਕਿ ਬੱਚਾ ਮੇਰੇ ਬਿਨਾ ਕਿਸੇ ਗਲਤ ਸੰਗਤੀ ਦਾ ਸ਼ਿਕਾਰ ਨਾ ਹੋ ਜਾਵੇ ਕਿਉਂਕਿ ਉਹਦੇ ਪਿੰਡ ਵਿੱਚ ਬਹੁਤ ਸਾਰੇ ਬੇਈਮਾਨ ਲੋਕ ਰਹਿੰਦੇ ਸਨ ਐਸੇ ਲੋਕ ਜਿਨ੍ਹਾਂ ਨੂੰ ਹਮੇਸ਼ਾ ਇੱਕ ਦੂਜੇ ਪ੍ਰਤੀ ਈਰਖਾ ਰਹਿੰਦੀ ਸੀ ਇੱਕ ਦੂਜੇ ਤੋਂ ਬਿਨਾਂ ਗੱਲ ਤੋਂ ਖਾਰ ਖਾਂਦੇ ਰਹਿੰਦੇ ਸਨ ਇੱਕ ਦੂਜੇ ਪ੍ਰਤੀ ਕੋਈ ਨਾ ਕੋਈ ਸਾਜ਼ਿਸ਼ਾਂ ਕਰਦੇ ਰਹਿੰਦੇ ਸਨ ਉਹ ਹੁਣ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਜੇ ਮੈਂ ਆਪਣੇ ਪੁੱਤਰ ਤੋਂ ਦੂਰ ਆ ਤਾਂ ਕੋਈ ਨਾ ਕੋਈ ਉਸ ਨੂੰ ਮਾੜੀ ਸਿੱਖਿਆ ਜ਼ਰੂਰ ਦੇ ਦੇਵੇਗਾ ਇਸ ਕਰਕੇ ਉਹ ਚਾਹੁੰਦਾ ਸੀ ਕਿ ਮੇਰਾ ਪੁੱਤਰ ਗਲਤ ਸੰਗਤ ਦੇ ਵਿੱਚ ਨਾ ਪਵੇ ਇਸ ਪਿੰਡ ਦੇ ਵਿੱਚ ਇੱਕ ਬਜ਼ੁਰਗ ਸੀ ਉਹ ਬਹੁਤ ਨੇਕਪਾਕ ਇਨਸਾਨ ਸੀ ਉਹ ਹਮੇਸ਼ਾ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਚੰਗੀ ਰਾਏ ਦਿਆ ਕਰਦਾ ਸੀ ਇੱਕ ਦਿਨ ਇਹ ਇਨਸਾਨ ਰਾਤ ਦੇ ਵੇਲੇ ਆਪਣੇ ਕੰਮ ਤੋਂ ਵਾਪਸ ਆਇਆ ਉਸ ਬਜ਼ੁਰਗ ਦੇ ਕੋਲ ਗਿਆ ਤੇ ਬਜ਼ੁਰਗ ਨੂੰ ਜਾ ਕੇ ਕਹਿੰਦਾ ਕਿ ਬਜ਼ੁਰਗੋ ਮੈਂ ਇੱਕ ਬਹੁਤ ਵੱਡੀ ਵਿਪਤਾ ਦੇ ਵਿੱਚ ਹਾਂ ਤੁਹਾਨੂੰ ਪਤਾ ਹੀ ਹੈ ਕਿ ਪ੍ਰਮਾਤਮਾ ਨੇ ਮੇਰੇ ਪਰਿਵਾਰ ਤੇ ਜਿਹੜੀ ਦਿੱਕਤ ਪਾਈ ਹੈ ਪਰ ਉਸ ਤੋਂ ਵੀ ਵੱਡੀ ਦਿੱਕਤ ਇਹ ਹੈ ਕਿ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮੇਰੇ ਬੱਚੇ ਦਾ ਦੇਖਭਾਲ ਕੌਣ ਕਰੇ ਪਾਲਣ ਪੋਸ਼ਣ ਕੌਣ ਕਰੇ ਬਿਸ਼ੱਕ ਬੱਚੇ ਦੀ ਉਮਰ 12 ਕੇ ਸਾਲ ਹੈ ਸਵੇਰ ਵੇਲੇ ਤਾਂ ਇਸ ਨੂੰ ਮੈਂ ਤੋਰ ਦਿੰਦਾ ਹਾਂ ਵਿਦਿਅਕ ਅਦਾਰੇ ਨੂੰ ਉੱਥੇ ਇਸ ਦਾ ਅੱਧਾ ਦਿਨ ਲੰਘ ਜਾਂਦਾ ਹੈ ਪਰ ਜਦੋਂ ਪਰਤ ਆਉਂਦਾ ਹੈ ਉਦੋਂ ਆ ਕੇ ਕੀ ਕਰਦਾ ਹੈ ਕਿਹੜੇ ਲੋਕਾਂ ਦੇ ਨਾਲ ਵਿਚਰਦਾ ਹੈ ਕਿਹਨਾਂ ਨਾਲ ਰਹਿੰਦਾ ਹੈ ਇਹ ਮੈਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਤੁਸੀਂ ਮੈਨੂੰ ਕੋਈ ਚੰਗੀ رائے ਦਿਓ ਉਸ ਬਜ਼ੁਰਗ ਦੇ ਕੋਲੇ ਆਪਣੀ ਉਮਰ ਦਾ ਤਜਰਬਾ ਸੀ ਉਸ ਨੂੰ ਪਤਾ ਸੀ ਕਿ ਇਸ ਇਨਸਾਨ ਨੇ ਕਹਿਣ ਦਾ ਭਾਵ ਕੀ ਹੈ ਇਸ ਕਰਕੇ ਉਸ ਨੇ ਕਹਿ ਕੇ ਦੇਖ ਪਾਈ ਇਸ ਨਗਰ ਦੇ ਵਿੱਚ ਜੇ ਬੱਚਾ ਇਕੱਲਾ ਰਹੇਗਾ ਤੇਰੀ ਗੈਰ ਮੌਜੂਦਗੀ ਦੇ ਵਿੱਚ ਰਹੇਗਾ ਤਾਂ 100% ਨੁਕਸਾਨ ਜ਼ਰੂਰ ਹੋਏਗਾ ਇਸ ਤੋਂ ਬਿਹਤਰ ਇਹ ਹੈ ਕਿ ਇਸ ਨੂੰ ਕਿਸੇ ਵੀ ਆਪਣੇ ਯਾਰ ਦੋਸਤ ਦੇ ਕੋਲ ਕਿਸੇ ਮਿੱਤਰ ਦੇ ਕੋਲ ਐਸੀ ਜਗ੍ਹਾ ਤੇ ਭੇਜ ਦੇ ਜਿੱਥੇ ਕੋਈ ਵਿਦਿਅਕ ਅਦਾਰਾ ਵੀ ਹੋਵੇ ਤੇ ਜਿਹੜਾ ਆਪਣੇ ਕੰਮਕਾਰ ਦੇ ਵਿੱਚ ਇਸ ਦੀ ਮਦਦ ਵੀ ਲਵੇ ਤੇ ਉਸ ਨੂੰ ਕੰਮਕਾਰ ਵੀ ਸਿਖਾ ਦੇਵੇ ਇਸ ਦੇ ਕੋਲੇ ਇੱਕ ਹੁਨਰ ਵੀ ਹੋ ਜਾਵੇਗਾ ਤੇ ਨਾਲ ਦੀ ਨਾਲ ਇਸ ਦੀ ਵਿੱਦਿਆ ਵੀ ਚੱਲਦੀ ਰਹੇਗੀ ਇਸ ਇਨਸਾਨ ਨੂੰ ਬਜ਼ੁਰਗ ਦੀ رائے ਬਹੁਤ ਵਧੀਆ ਲੱਗੀ ਥੋੜੀ ਦੂਰ ਇੱਕ ਸ਼ਹਿਰ ਸੀ ਇੱਕ ਵੱਡਾ ਨਗਰ ਸੀ ਉੱਥੇ ਇਸ ਦਾ ਇੱਕ ਬਹੁਤ ਅਜੀਬ ਦੋਸਤ ਰਹਿੰਦਾ ਸੀ ਇਸ ਨੇ ਉਹਦੇ ਨਾਲ ਸਾਰੀ ਗੱਲਬਾਤ ਕੀਤੀ ਤੇ ਉਸ ਨੇ ਕਿਹਾ ਕਿ ਮੈਨੂੰ ਕੋਈ ਸਮੱਸਿਆ ਨਹੀਂ ਹੈ ਮੁੰਡਾ ਵੈਸੇ ਵੀ ਕੰਮ ਵਾਲੇ ਬੰਦਿਆਂ ਦੀ ਲੋੜ ਹੈ ਤੇ ਤੇਰੇ ਪਰਿਵਾਰ ਬਾਰੇ ਮੈਂ ਜਾਣਦਾ ਹਾਂ ਇਮਾਨਦਾਰ ਲੋਕਾਂ ਦਾ ਪਰਿਵਾਰ ਹੈ ਮੈਨੂੰ ਇਸ ਤਰੀਕੇ ਦੇ ਇੱਕ ਬੱਚੇ ਦੀ ਜ਼ਰੂਰਤ ਹੈ ਤੇ ਰਹੀ ਗੱਲ ਇਹਦੀ ਵਿੱਦਿਆ ਦੀ ਪੜ੍ਹਾਈ ਦੀ ਉਹਦੀ ਤੂੰ ਚਿੰਤਾ ਨਾ ਕਰ ਤੇ ਇਹ ਮੇਰੇ ਕੋਲੇ ਰਹੇਗਾ ਇਹ ਰਾਤ ਦੇ ਵੇਲੇ ਮੇਰੇ ਕੋਲੇ ਰਹੇਗਾ ਖਾਣ ਪਾਣ ਦੀ ਤੂੰ ਚਿੰਤਾ ਨਹੀਂ ਕਰਨੀ ਤੇ ਜਿਸ ਦਿਨ ਇਸਾ ਜੀ ਕਰੇਗਾ ਕਿ ਉਸਨੇ ਪਿੰਡ ਆ ਕੇ ਤੈਨੂੰ ਮਿਲਣਾ ਹੈ ਮੇਰੇ ਵੱਲੋਂ ਖੁੱਲੀ ਛੁੱਟੀ ਹੁਣ ਸਾਰਾ ਕੁਝ ਇੱਕ ਵਾਰੀ ਫਿਰ ਤੋਂ ਠੀਕ ਠਾਕ ਹੋ ਗਿਆ ਸਾਰਾ ਕੁਝ ਲੀ ਤੇ ਪਰਤਾਇਆ ਇਹ ਬੱਚੇ ਨੇ ਅਗਲੇ ਸਮੇਂ ਦੇ ਲਈ ਆਪਣੀ ਪੜਾਈ ਜਾਰੀ ਰੱਖੀ ਪਰ ਹੁਣ ਜਦੋਂ ਮਹੀਨੇ ਦੇ ਵਿੱਚ ਇੱਕ ਵਾਰ ਜਾਂ ਦੋ ਮਹੀਨਿਆਂ ਦੇ ਬਾਅਦ ਇੱਕ ਵਾਰ ਵਾਪਸ ਪਰਤਦਾ ਪਿੰਡ ਆ ਕੇ ਆਪਣੇ ਪਿਓ ਦੇ ਨਾਲ ਮਿਲਦਾ ਇਸ ਨੂੰ ਉਦੋਂ ਤਾਂ ਬੜੀ ਖੁਸ਼ੀ ਮਿਲਦੀ ਪਰ ਜਦੋਂ ਪਿੰਡ ਦੇ ਬਾਕੀ ਲੋਕਾਂ ਨੂੰ ਆਪਣੇ ਪੁਰਾਣੇ ਦੋਸਤਾਂ ਯਾਰਾਂ ਨੂੰ ਮਿਲਦਾ ਮਿੱਤਰਾਂ ਨੂੰ ਮਿਲਦਾ ਉਦੋਂ ਉਹ ਇਹਦੀਆਂ ਗੱਲਾਂ ਦੇ ਵਿੱਚ ਇਹਦੀ ਵਿਦਿਆ ਦੇ ਵਿੱਚ ਇਹਦੇ ਰਹਿਣ ਸਹਿਣ ਦੇ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ ਕੱਢਦੇ ਰਹਿੰਦੇ ਇੱਥੋਂ ਤੱਕ ਕਿ ਪਿੰਡ ਦੇ ਸਿਆਣੇ ਬਿਆਣੇ ਲੋਕ ਜਿਹੜੇ ਇਰਖਾਲੂ ਲੋਕ ਸੀ ਉਹ ਵੀ ਇਸ ਨੂੰ ਆਨੇ ਬਹਾਨੇ ਟੋਕਦੇ ਰਹਿੰਦੇ ਕੋਈ ਨਾ ਕੋਈ ਇਹਦੇ ਵਿੱਚ ਕਮੀ ਗਿਣਾ ਛੱਡਦੇ ਕੋਈ ਨਾ ਕੋਈ ਇਹਨੂੰ ਕਹਿੰਦੇ ਕਿ ਤੇਰੇ ਵਿੱਚ ਆ ਚੀਜ਼ ਦੀ ਕਮੀ ਆ ਗਈ ਹੈ ਆ ਘਾਟ ਹੈ ਆ ਗਮ ਤੂੰ ਗਲਤ ਕਰਨ ਲੱਗ ਪਿਆ ਹੈ ਹੁਣ ਤੇਰੇ ਬੋਲਣ ਦਾ ਢੰਗ ਤਰੀਕਾ ਬਦਲ ਗਿਆ ਹੈ ਇਹ ਬੱਚਾ ਬਹੁਤ ਪਰੇਸ਼ਾਨ ਹੋਇਆ ਇਸਨੇ ਕਦੇ ਮਹੀਨੇ ਬਾਅਦ ਪਰਤਿਆ ਕਰਨਾ ਕਦੇ 2 ਮਹੀਨਿਆਂ ਬਾਅਦ ਪਰ ਜਦੋਂ ਵੀ ਪਿੰਡ ਵਿੱਚ ਜਾ ਕੇ ਲੋਕਾਂ ਦੇ ਕੋਲ ਬੈਠਿਆ ਕਰਨਾ ਇਸ ਨੂੰ ਇਹ ਗੱਲਾਂ ਸੁਣ ਸੁਣ ਕੇ ਬਹੁਤ ਜ਼ਿਆਦਾ ਦੁੱਖ ਵੀ ਹੁੰਦਾ ਇਹ ਚਿੰਤਾ ਦੇ ਵਿੱਚ ਵੀ ਚਲਿਆ ਜਾਂਦਾ ਹੁਣ ਜਦੋਂ ਕਦੇ ਉਸ ਦੁਕਾਨ ਤੋਂ ਵਾਪਸ ਪਿੰਡ ਨੂੰ ਪਰਤਣ ਦਾ ਖਿਆਲ ਇਹਦੇ ਮਨ ਵਿੱਚ ਆਉਂਦਾ ਤਾਂ ਬੈਠਾ ਹੀ ਬੈਠਾ ਦੁਖੀ ਹੋ ਜਾਂਦਾ ਕਿ ਜੇ ਮੈਂ ਪਿੰਡ ਗਿਆ ਤਾਂ ਫਿਰ ਉਹ ਗੱਲਾਂ ਸੁਣਨੀਆਂ ਪੈਣਗੀਆਂ ਇਸ ਕਰਕੇ ਇਸ ਨੂੰ ਇਹ ਲੱਗਦਾ ਕਿ ਜੇ ਮੈਂ ਨਾ ਹੀ ਜਾਵਾਂ ਤਾਂ ਬਿਹਤਰ ਹੈ ਪਰ ਆਪਣੇ ਬਾਪ ਨੂੰ ਵੀ ਵਿਖੇ ਬਿਨਾ ਨਹੀਂ ਸੀ ਰਹਿ ਸਕਦਾ ਇੱਕ ਦਿਨ ਜਦੋਂ ਇਹ ਆਪਣੇ ਪਿੰਡ ਆਇਆ ਹੋਇਆ ਇਸ ਨੇ ਉਸੇ ਬਜ਼ੁਰਗ ਕੋਲੇ ਜਾਣ ਦਾ ਫੈਸਲਾ ਲਿਆ ਜਿਸ ਬਜ਼ੁਰਗ ਨੇ ਇਹ ਕਿਹਾ ਸੀ ਕਿ ਇਸ ਨੂੰ ਕਿਸੇ ਦੋਸਤ ਕੋਲੇ ਪੜਨ ਲਈ ਭੇਜ ਦੇ ਉਸ ਬਜ਼ੁਰਗ ਕੋਲੇ ਜਾ ਕੇ ਸलाम-ਦੁਆ ਨਮਸਤੇ ਕੀਤੀ ਤੇ ਉਸ ਨੂੰ ਆਪਣੀ ਇਹ ਸਮੱਸਿਆ ਦੱਸ ਦਿੱਤੀ ਕਿ ਮੈਂ ਪਿੰਡ ਦੇ ਨਾਲੋਂ ਟੁੱਟਣਾ ਵੀ ਨਹੀਂ ਚਾਹੁੰਦਾ ਪਰ ਪਿੰਡ ਵਾਲੇ ਜਿਹੋ ਜਿਹਾਂ ਗੱਲਾਂ ਕਰਦੇ ਨੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਕਿਤੇ ਨਾ ਕਿਤੇ ਕੁਝ ਗਲਤ ਤਾਂ ਨਹੀਂ ਕਰ ਰਿਹਾ ਪਿੰਡ ਵਾਲੇ ਤਾਂ ਮੈਨੂੰ ਇਹ ਕਹਿੰਦੇ ਨੇ ਕਿ ਮੈਂ ਤਾਂ ਇਹਨਾਂ ਤੋਂ ਬਹੁਤ ਵੱਖਰਾ ਹੋ ਗਿਆ ਇਸ ਕਰਕੇ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਚਿੰਤਤ ਹਾਂ ਮੈਂ ਬਿਲਕੁਲ ਉਸੇ ਦਾ ਰਹਿਣਾ ਚਾਹੁੰਦਾ ਜਿਹੋ ਜਾਂ ਮੈਂ ਪਹਿਲਾਂ ਸੀ ਇੱਥੇ ਮੈਨੂੰ ਹਰ ਇੱਕ ਬੰਦਾ ਅਲੱਗ-ਅਲੱਗ رائے ਅਲੱਗ-ਅਲੱਗ مشਵਰੇ ਦਿੰਦਾ ਹੈ ਮੈਂ ਬਹੁਤ ਜ਼ਿਆਦਾ ਉਲਝਿਆ ਹੋਇਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਇਸ ਬਜ਼ੁਰਗ ਨੇ ਉਹਨੂੰ ਕਿਹਾ ਕਿ ਪੁੱਤਰਾ ਪਹਿਲਾਂ ਤਾਂ ਤੂੰ ਪਾਣੀ ਪੀ ਤੇ ਫਿਰ ਚੌਂਕੜਾ ਮਾਰ ਕੇ ਮੇਰੇ ਕੋਲ ਬੈਠ ਜਾ ਅੱਜ ਮੈਂ ਤੈਨੂੰ ਬਹੁਤ ਕੰਮ ਦੀ ਗੱਲ ਦੱਸਣ ਵਾਲਾ ਹਾਂ ਇਸ ਦੀ ਉਤਸੁਕਤਾ ਵਧ ਗਈ ਇਸ ਨੂੰ ਪਤਾ ਸੀ ਕਿ ਬਜ਼ੁਰਗ ਇਸ ਨੂੰ ਚੰਗੀ ਰਾਹ ਦਏਗਾ ਮਾੜੀ ਰਾਹ ਕਦੇ ਵੀ ਨਹੀਂ ਦੇਗਾ ਇਸ ਨੇ ਪਾਣੀ ਦਾ ਗਲਾਸ ਪੀਤਾ ਤੇ ਬਜ਼ੁਰਗ ਦੇ ਕੋਲ ਹੋ ਕੇ ਬੈਠ ਗਿਆ ਬਜ਼ੁਰਗ ਇਸ ਨੂੰ ਸੁਣਾਉਣ ਲੱਗਾ ਕਿ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ ਹਾਂ ਤੇ ਉਸ ਕਹਾਣੀ ਵਰਗੀ ਤੇਰੀ ਹਾਲਤ ਹੈ ਬਜ਼ੁਰਗ ਦੱਸਦਾ ਕਿ ਇੱਕ ਵਾਰੀ ਇੱਕ ਜੰਗਲ ਦੇ ਵਿੱਚ ਸੱਤ ਪੂਛਾਂ ਵਾਲਾ ਚੂਹਾ ਆ ਗਿਆ ਇਹ ਚੂਹੇ ਨੇ ਜਾਨਵਰਾਂ ਦੇ ਕੋਲ ਲੰਘਿਆ ਕਰਨਾ ਤਾਂ ਜਾਨਵਰਾਂ ਨੇ ਇਹਦੇ ਤੋਂ ਈਰਖਾ ਕਰਿਆ ਕਰਨੀ ਤੇ ਜਾਣ ਬੁੱਝ ਕੇ ਉਹਨੂੰ ਛੇੜਿਆ ਕਰਨਾ ਚੜਾਇਆ ਕਰਨਾ ਉਹਦਾ ਨਾਮ ਸਤਪੂਸ਼ਲ ਰੱਖ ਦਿੱਤਾ ਤੇ ਉਸ ਚੂਹੇ ਦੇ ਵਿੱਚ ਬੇਸ਼ੱਕ ਇਹ ਇੱਕ ਖੂਬੀ ਸੀ ਬੇਸ਼ੱਕ ਉਹ ਲੱਖਾਂ ਦੇ ਵਿੱਚੋਂ ਇੱਕ ਵੱਖਰਾ ਸੀ ਪਰ ਉਸ ਨੂੰ ਲੱਗਣ ਲੱਗਾ ਕਿ ਸ਼ਾਇਦ ਮੈਂ ਵਖਰਾ ਨਹੀਂ ਮੈਂ ਮਾੜਾ ਹਾਂ ਮੈਂ ਕੁਝਾ ਹਾਂ ਉਸਨੇ ਇੱਕ ਦਿਨ ਫੈਸਲਾ ਕੀਤਾ ਤੇ ਕਿਸੇ ਦੀ ਮਦਦ ਲੈ ਕੇ ਉਸਨੇ ਆਪਣੀ ਇੱਕ ਪੂਛ ਕਟਵਾ ਲਈ ਪਰ ਉਹਦੇ ਜਿਹੜੇ ਸਾਥੀ ਸੰਗੀ ਸੀ ਜੰਗਲ ਵਾਲੇ ਹਣੋ ਛੇ ਪੂਛਾਂ ਵਾਲਾ ਕਹਿਣ ਲੱਗ ਪਏ ਇਸੇ ਤਰੀਕੇ ਨਾਲ ਉਹਨੇ ਇੱਕ ਹੋਰ ਕਟਵਾ ਲਈ ਫਿਰ ਪੰਜ ਪੂਛਾਂ ਵਾਲਾ ਕਹਿਣ ਲੱਗੇ ਲੋਕਾਂ ਦਾ ਮਜਾਜ਼ ਨਹੀਂ ਬਦਲਿਆ ਬਲਕਿ ਉਹਦੇ ਨਾਮ ਬਦਲਦੇ ਗਏ ਅੰਤ ਵਿੱਚ ਉਹਦੇ ਕੋਲੇ ਦੋ ਪੂਛਾਂ ਬਚੀਆਂ ਫਿਰ ਜਦੋਂ ਉਹ ਉਸ ਜੰਗਲ ਦੇ ਵਿੱਚੋਂ ਲੰਘਦਾ ਤਾਂ ਉਹਨੂੰ ਦੋ ਪੂਛਲ ਕਹਿੰਦੇ ਫਿਰ ਉਸਨੇ ਅੱਕ ਕੇ ਫੈਸਲਾ ਲੈ ਲਿਆ ਕਿ ਮੈਂ ਇੱਕ ਹੀ ਪੂਛ ਰੱਖਾਂਗਾ ਬਾਕੀ ਚੂਹਾ ਵਰਗਾ ਬਣ ਜਾਵਾਂਗਾ ਉਸੇ ਤਰੀਕੇ ਹੋਇਆ ਪਰ ਲੋਕਾਂ ਨੇ ਉਹਦਾ ਨਾਮ ਅਜੇ ਵੀ ਨਹੀਂ ਬਦਲਿਆ ਹੁਣ ਉਹਨੂੰ ਇੱਕ ਪੂਛਲ ਕਹਿਣ ਲੱਗ ਪਏ ਚੂਹਾ ਉਹਨੂੰ ਕਦੀ ਕਿਸੇ ਨੇ ਨਹੀਂ ਕਿਹਾ ਜੇ ਵੀ ਛੇੜ ਦੇ ਚੜਾਉਂਦੇ ਬੁਰਾ ਬੋਲਦੇ ਉਸਨੇ ਆਪਣੀ ਰੈਂਦੀ ਇੱਕ ਆਖਰੀ ਪੂਛ ਵੀ ਕਟਵਾ ਦਿੱਤੀ ਹੁਣ ਬਿਨ ਪੂਛ ਵਾਲਾ ਬਿਨ ਪੂਛਲ ਕਹਿਣ ਲੱਗ ਪਏ ਉਹ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਹੋ ਗਿਆ ਇੱਕ ਦਿਨ ਗਿਆ ਜਿਹਦੇ ਤੋਂ ਪੂਸ਼ਾ ਕਟਵਾ ਰਿਆ ਸੀ ਉਹਨੂੰ ਕਹਿੰਦਾ ਕਿ ਮੇਰਾ ਗਲਾ ਹੀ ਕੱਟ ਦੇ ਉੱਥੇ ਵੀ ਉਹਨੂੰ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਦੇਖ ਲੋਕਾਂ ਦੇ ਮિજાਜ ਨਹੀਂ ਬਦਲਨੇ ਤੂੰ ਦੇਖਣਾ ਹੈ ਕਿ ਕੀ ਚੰਗਾ ਹੈ ਕਿ ਬੁਰਾ ਹੈ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਉਣ ਲੱਗਾ ਤਾਂ ਫਿਰ ਤਾਂ ਤੈਨੂੰ ਇਹ ਕਹਿਣਗੇ ਕਿ ਤੇਰੇ ਵਿੱਚ ਆਹ ਕਮੀ ਹੈ ਤੇਰੇ ਵਿੱਚ ਉਹ ਕਮੀ ਹੈ ਤੂੰ ਇਹ ਘੱਟ ਕਰਦਾ ਹੈ ਇਹ ਜ਼ਿਆਦਾ ਕਰਦਾ ਹੈ ਇੱਥੇ ਤਾਂ ਇਹੋ ਜਿਹਾ ਰਿਵਾਜ ਨਹੀਂ ਹੈ ਇੱਥੇ ਇਹੋ ਜਿਹੀ ਰੀਤ ਨਹੀਂ ਹੈ ਇਥੋਂ ਦੇ ਲੋਕ ਵੱਖਰੇ ਨੇ ਤੂੰ ਇਹਨਾਂ ਦੇ ਵਿੱਚ ਵੱਖਰਾ ਤੁਰਿਆ ਫਿਰਦਾ ਲੋਕਾਂ ਦੀ ਮੰਨਣ ਲੱਗੇਗਾ ਤਾਂ ਤੇਰੀਆਂ ਚੰਗੀਆਂ ਭਲੀਆਂ ਖੂਬੀਆਂ ਨੂੰ ਵੀ ਤੇਰਾ ਔਗਣ ਕਹਿ ਕੇ ਦੱਸਣਗੇ ਤੈਨੂੰ ਖੁਦ ਨੂੰ ਇਹ ਮਹਿਸੂਸ ਹੋਣ ਲੱਗੇਗਾ ਕਿ ਮੇਰੇ ਵਿੱਚ ਤਾਂ ਕੋਈ ਖੂਬੀ ਨਹੀਂ ਤੈਨੂੰ ਆਪਣੀਆਂ ਖੂਬੀਆਂ ਵੀ ਆਪਣੀਆਂ ਕਮੀਆਂ ਜਾਪਨ ਲੱਗ ਪੈਣਗੀਆਂ ਜੇ ਲੋਕਾਂ ਦੀ ਮੰਨਣ ਲੱਗ ਪਏਗਾ ਲੋਕਾਂ ਦੇ ਵਿੱਚ ਇਹ ਬਹੁਤ ਮਾੜੀ ਆਦਤ ਹੁੰਦੀ ਹੈ ਕਿ ਕਿਸੇ ਦੀ ਉਹਨਾਂ ਨੇ ਸਰਾਹਣਾ ਨਹੀਂ ਕਰਨੀ ਕਿਸੇ ਦੀ ਤਾਰੀਫ਼ ਨਹੀਂ ਕਰਨੀ ਬਲਕਿ ਕਿਸੇ ਦੇ ਚੰਗੇ ਗੁਣ ਦੇ ਵਿੱਚ ਵੀ ਕੋਈ ਨਾ ਕੋਈ ਕਮੀ ਕਰ ਦੇਣੀ ਹੈ ਕਦੇ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਨਾ ਇਸ ਚੂਏ ਤੋਂ ਕਾਕਾ ਤੂੰ ਵੀ ਰਾਇਲ ਹੈ ਤੂੰ ਵੀ ਸਲਾਹ ਲ ਹੈ ਤੂੰ ਵੀ ਇਸ ਤੋਂ ਤੂੰ ਕੁਝ ਸਿੱਖ ਤੇਰੇ ਵਿੱਚ ਬਹੁਤ ਸਾਰੇ ਗੁਣ ਹਨ ਤੇਰੇ ਵਿੱਚ ਕੋਈ ਔਗਰ ਨਹੀਂ ਹੈ ਤੂੰ ਬਹੁਤ ਵਧੀਆ ਪੜ੍ਹਾਈ ਕਰ ਰਿਹਾ ਤੂੰ ਇੱਕ ਦਿਨ ਬਹੁਤ ਵੱਡਾ ਬੰਦਾ ਬਣੇਗਾ ਪੜ੍ਹਾਈ ਦੇ ਨਾਲ ਨਾਲ ਤੂੰ ਕੰਮ ਵੀ ਕਰ ਰਿਹਾ ਪੜ੍ਹਾਈ ਦੇ ਨਾਲ ਨਾਲ ਤੂੰ ਕਮਾਈ ਵੀ ਕਰ ਰਿਹਾ ਪੜ੍ਹਾਈ ਦੇ ਨਾਲ ਨਾਲ ਤੂੰ ਇੱਕ ਐਸੇ ਇਨਸਾਨ ਦੇ ਕੋਲੋਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸਿੱਖ ਰਿਹਾ ਹੈ ਕਿਵੇਂ ਕਾਰੋਬਾਰ ਕਰਨੇ ਨੇ ਕਿਵੇਂ ਕਾਮਯਾਬ ਕਰਨਾ ਤੂੰ ਇੱਕ ਕਾਮਯਾਬ ਬੰਦੇ ਦੇ ਨਾਲ ਰਹਿ ਕੇ ਕਾਮਯਾਬੀ ਦੇ ਗੁਣ ਸਿੱਖ ਰਿਹਾ ਹੈ ਪਰ ਤੂੰ ਇੱਥੇ ਗਲਤ ਲੋਕਾਂ ਦੇ ਵਿੱਚ ਹੈ ਤੇਰੀ ਸੰਗਤ ਇੱਥੇ ਮਾੜੀ ਹੈ ਤੈਨੂੰ ਉਹ ਆਪਣੇ ਵਰਗਾ ਬਣਾਉਣਾ ਚਾਹੁੰਦੇ ਹਨ ਪਰ ਤੂੰ ਉਹਨਾਂ ਤੋਂ ਵੱਖਰਾ ਬਣ ਕੇ ਅੱਗੇ ਨਿਕਲਦਾ ਜਾ ਰਿਹਾ ਹੈ ਬਸ ਇਸੇ ਗੱਲ ਦਾ ਇਹਨਾਂ ਨੂੰ ਦੁੱਖ ਹੈ ਇਸੇ ਗੱਲ ਦਾ ਇਹਨਾਂ ਨੂੰ ਸਾੜਾ ਹੈ ਤੂੰ ਪਿੰਡ ਕਦੇ ਨਾ ਛੱਡ ਤੂੰ ਸ਼ਰ ਵੀ ਜਾ ਕੰਮ ਕਰ ਕਰ ਉੱਥੇ ਪੜ੍ਹਾਈ ਕਰ ਵੱਡਾ ਬੰਦਾ ਬਣ ਆਪਣੇ ਬਾਪ ਨਾਲ ਤੂੰ ਮੋਹ ਰੱਖ ਪਿਆਰ ਰੱਖ ਸਨੇਹ ਰੱਖ ਜਦੋਂ ਤੇਰਾ ਦਿਲ ਕਰਦਾ ਹੈ ਉਦੋਂ ਉਹਨੂੰ ਮਿਲਣ ਆ ਪਰ ਇਹਨਾਂ ਲੋਕਾਂ ਦੇ ਵਿੱਚ ਬੈਠਣ ਦੀ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਨਹੀਂ ਜਿਹੜੇ ਤੇਰੀਆਂ ਲੱਤਾਂ ਖਿੱਚ ਰਹੇ ਨੇ ਜਿਹੜੇ ਤੇਰੇ ਗੁਣਾ ਵਿੱਚ ਵੀ ਕਮੀਆਂ ਕੱਢ ਰਹੇ ਨੇ ਇਹਨਾਂ ਦਾ ਦੇ ਤੂੰ ਸਾਥ ਛੱਡ ਦੇਵੇਂਗਾ ਤੇ ਜਿੰਨੀ ਛੇਤੀ ਛੱਡ ਦੇਵੇਂਗਾ ਉਨਾ ਹੀ ਤੇਰੇ ਲਈ ਬਿਹਤਰ ਹੋਵੇਗਾ ਇਹ ਗੱਲ ਇਹ ਜਿਹੜੀ ਚੰਗੀ ਰਾਏ ਹੈ ਇਹ ਉਸ ਬਜ਼ੁਰਗ ਵੱਲੋਂ ਉਸ ਇਕੱਲੇ ਬੱਚੇ ਨੂੰ ਨਹੀਂ ਬਲਕਿ ਸਾਨੂੰ ਸਾਰਿਆਂ ਨੂੰ ਹੈ ਕਈ ਵਾਰੀ ਅਸੀਂ ਚੰਗਾ ਭਲਾ ਕੁਝ ਕਰਦੇ ਹਾਂ ਸਾਨੂੰ ਟੋਕਣ ਵਾਲੇ ਰੋਕਣ ਵਾਲੇ ਬਹੁਤ ਆ ਜਾਂਦੇ ਨੇ ਸਾਨੂੰ ਉਹਨਾਂ ਗੱਲਾਂ ਬਾਤਾਂ ਨੂੰ ਅੱਖੋਂ ਪਰੋਖੇ ਕਰਨਾ ਪਵੇਗਾ ਜੇ ਅਸੀਂ ਕਾਮਯਾਬੀ ਦੀ ਪੌੜੀ ਚੜ੍ਹਨਾ ਹੈ ਤਾਂ ਸਾਨੂੰ ਇਹ ਧਿਆਨ ਵਿੱਚ ਰੱਖਣਾ ਪਵੇਗਾ ਕਿ ਜੋ ਮੈਂ ਕਰ ਰਿਹਾ ਠੀਕ ਕਰ ਰਿਹਾ ਜੋ ਮੈਂ ਸਿੱਖ ਰਿਹਾ ਹਾਂ ਜੋ ਕੁਝ ਮੇਰੇ ਪਰਿਵਾਰ ਦੇ ਲਈ ਭਲੇ ਵਾਲੀ ਚੀਜ਼ ਹੈ ਜਿਹਦੇ ਨਾਲ ਮੇਰਾ ਮੇਰੇ ਪਰਿਵਾਰ ਦਾ ਬਿਹਤਰੀ ਹੋ ਰਹੀ ਹੈ ਫਾਇਦਾ ਹੋ ਰਿਹਾ ਉਹ ਲੋਕਾਂ ਦੀ ਅੱਖਾਂ 'ਚ ਜਿੰਨਾ ਮਰਜੀ ਰੜਕ ਰਿਹਾ ਹੋਵੇ